ਕੱਲ ਨੂੰ ਭਾਰਤ ਦੀ ਵੰਡ ਦੇ 77 ਸਾਲ ਪੂਰੇ ਹੋ ਜਾਣਗੇ ਸਰਕਾਰਾਂ ਦੇ ਵੱਲੋਂ ਆਜ਼ਾਦੀ ਦਿਹਾੜੇ ਤੇ ਜਸ਼ਨ ਮਨਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਲੋਕਾਂ ਨੂੰ ਤਿਰੰਗੇ ਦੇ ਨਾਲ ਆਪਣੀ ਸੈਲਫੀ ਅਪਲੋਡ ਕਰਨ ਦੀ ਅਪੀਲ ਕੀਤੀ ਹੈ ਪਰ ਆਜ਼ਾਦੀ ਦਿਹਾੜੇ ਤੇ ਜੇ ਤੁਸੀਂ ਬਾਈਕ ਜਾਂ ਕਾਰ ਤੇ ਤਿਰੰਗਾ ਝੰਡਾ ਲਾਇਆ ਤਾਂ ਤੁਹਾਨੂੰ ਜੇਲ੍ਹ ਤੇ ਜੁਰਮਾਨਾ ਭਰਨਾ ਪੈ ਸਕਦਾ ਹੈ ਇੰਡੀਅਨ 플ੈਗ ਕੋਡ 2002 ਦੇ ਮੁਤਾਬਿਕ ਸਿਰਫ ਕੁਝ ਲੋਕਾਂ ਨੂੰ ਹੀ ਆਪਣੀ ਕਾਰ ਜਾਂ ਵਾਹਨ ਤੇ ਤਿਰੰਗਾ ਲਹਿਰਾਉਣ ਦਾ ਕਾਨੂੰਨੀ ਅਧਿਕਾਰ ਹੈ ਭਾਵੇਂ ਨਾਗਰਿਕਾਂ ਨੂੰ ਘਰਾਂ ਦੇ ਵਿੱਚ ਤਿਰੰਗਾ ਲਹਿਰਾਉਣ ਤੇ ਹੱਥਾਂ ਵਿੱਚ ਝੰਡਾ ਚੁੱਕਣ ਦੀ ਆਜ਼ਾਦੀ ਹੈ ਪਰ ਨਿੱਜੀ ਵਾਹਨਾ ਤੇ ਝੰਡਾ ਲਹਿਰਾਉਣਾ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈ। ਨੈਸ਼ਨਲ ਆਨਰ ਅਪਮਾਨ ਦੀ ਰੋਕਥਾਮ ਐਕਟ 2077 ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਐਕਟ ਵਿੱਚ ਕਿਹਾ ਗਿਆ ਹੈ ਕਿ ਕੌਮੀ ਝੰਡੇ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 3 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਨੇ। ਇੱਕ ਹੋਰ ਖਬਰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਹੋਣੀ ਹੈ ਕਿ ਭਾਰਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਫੋਨਾਂ ਦੇ ਉੱਤੇ ਰਿੰਗਟੋਨ ਦਾ ਸੁਨੇਹਾ ਹੈ ਉਹ ਆਪਣੇ ਆਪ ਹੀ ਸਰਕਾਰਾਂ ਨੇ ਲਾ ਦਿੱਤਾ ਹੈ। ਚਾਹੇ ਮੇਰਾ ਮੋਬਾਈਲ ਹੋਵੇ ਚਾਹੇ ਤੁਹਾਡਾ ਹੋਵੇ ਤੁਹਾਡੇ ਕੋਲੇ ਕੋਈ ਵੀ ਲਾਈਨ ਹੋਵੇ ਤਾਂ ਤੁਸੀਂ ਤੁਹਾਡੇ ਫੋਨ ਤੇ ਜੇ ਕੋਈ ਕਾਲ ਕਰੂਗਾ ਜਾਂ ਤੁਸੀਂ ਕਿਸੇ ਦੇ ਫੋਨ ਤੇ ਕਾਲ ਕਰੋਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਣਾਈ ਦਿੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਨੇ ਹੋ ਕਿ ਮੈਂ ਤਾਂ ਰਿੰਗਟੋਨ ਲਵਾਈ ਨਹੀਂ ਆਪਣੇ ਆਪ ਸਰਕਾਰ ਨੇ ਕਿਵੇਂ ਲਾ ਦਿੱਤੀ ਪ੍ਰਧਾਨ ਮੰਤਰੀ ਮੋਦੀ ਵੀ ਹਰ ਘਰ ਤਿਰੰਗਾ ਮੁਹਿੰਮ ਦੀ ਇੱਥੇ ਗੱਲ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਕੇਂਦਰ ਸਰਕਾਰ ਨੇ 15 ਅਗਸਤ ਨੂੰ ਪੰਜਾਬ ਦੇ 22 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾ ਲਈ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ ਸਤ ਅਧਿਕਾਰੀਆਂ ਨੂੰ ਗੈਲੈਂਟਰੀ ਅਵਾਰਡ ਦਿੱਤੇ ਜਾਣਗੇ ਦੋ ਨੂੰ ਖਾਸ ਸੇਵਾ ਦੇ ਲਈ ਰਾਸ਼ਟਰਪਤੀ ਮੈਡਲ ਤੇ 13 ਨੂੰ ਚੰਗੀ ਸੇਵਾ ਦਾ ਮੈਡਲ ਮਿਲੇਗਾ ਪੰਜਾਬ ਪੁਲਿਸ ਦੇ ਜਿਹੜੇ ਸੱਤ ਮੁਲਾਜ਼ਮਾਂ ਨੂੰ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਊਗਾ ਉਹਨਾਂ ਦੇ ਵਿੱਚ ਸੰਦੀਪ ਗੋਇਲ ਸਹਾਇਕ ਇਨਸਪੈਕਟਰ ਜਨਰਲ ਆਫ ਪੁਲਿਸ ਵਿਕਰਮਜੀਤ ਸਿੰਘ ਬਰਾੜ ਪਰਮਿੰਦਰ ਸਿੰਘ ਪੁਸ਼ਵਿੰਦਰ ਸਿੰਘ ਜਸਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਤੇ ਸੁਖਰਾਜ ਸਿੰਘ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਇਹਦੇ ਨਾਲ ਹੀ ਪੰਜਾਬ ਪੁਲਿਸ ਦੇ 22 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮੈਡਲ ਨੇ ਜਿਹੜੇ ਉਹ ਰਾਸ਼ਟਰਪਤੀ ਵੰਦੇ ਵਿੱਚ ਦਿੱਤੇ ਜਾਣਗੇ ਇਸ ਸਾਲ ਕੇਂਦਰ ਸਰਕਾਰ ਪੁਲਿਸ ਫਾਇਰ ਹੋਮ ਗਾਰਡ ਤੇ ਸਿਵਲ ਡਿਫੈਂਸ ਤੇ ਸਦਾਰ ਸੇਵਾਵਾਂ ਦੇ ਕੁੱਲ 1037 ਜਵਾਨਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਨਾਲ ਸਨਮਾਨਿਤ ਕਰ ਰਹੀ ਹੈ ਸਰਕਾਰ ਹਰ ਸਾਲ ਬਹਾਦਰੀ ਲਈ ਰਾਸ਼ਟਰਪਤੀ ਮੈਡਲ ਤੇ ਬਹਾਦਰੀ ਲਈ ਮੈਡਲ ਨਾਲ ਸਨਮਾਨਿਤ ਕਰਦੀ ਹੈ ਕਰਮवार ਜਾਨ ਅਤੇ ਜਾਇਦਾਦ ਨੂੰ ਬਚਾਉਣ ਜਾਂ ਅਪਰਾਧ ਨੂੰ ਰੋਕਣ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਬਹਾਦਰੀ ਦੇ ਵੱਖ-ਵੱਖ ਵਿਲੱਖਣ ਕਾਰਜਾਂ ਦੇ ਆਧਾਰ ਤੇ ਇਹ ਪੁਰਸਕਾਰ ਨੇ ਜਿਹੜੇ ਉਹ ਪੁਲਿਸ ਮਹਿਕਮੇ ਨੂੰ ਦਿੱਤੇ ਜਾਂਦੇ ਨੇ Google ਨੇ ਮੰਗਲਵਾਰ ਦੇ ਰਾਤ ਮੇਡ ਬਾਇ Google ਦੇ ਵਿੱਚ Pixel 9 ਸੀਰੀਜ਼ ਲਾਂਚ ਕਰ ਦਿੱਤੀ ਹੈ ਯਾਨੀ ਕਿ ਨਵਾਂ ਫੋਨ ਲਾਂਚ ਕੀਤਾ ਇਹਦੇ ਵਿੱਚ Google ਦਾ ਭਾਰਤ ਵਿੱਚ ਪਹਿਲਾ ਫੋਲਡੇਬਲ ਫੋਨ ਵੀ ਸ਼ਾਮਲ ਹੈ ਕੰਪਨੀ ਦੀ ਸੀਰੀਜ਼ ਵਿੱਚ Pixel 9 Pixel 9 Pro Pixel 9 XL ਤੇ Pixel 9 Pro Fold ਸ਼ਾਮਲ ਨੇ ਇਸ ਤੋਂ ਇਲਾਵਾ Pixel Watch 3 ਤੇ Buds Pro 2 ਨੂੰ ਵੀ ਵੇਰੀਐਂਟ ਡਿਵਾਈਸ ਦੇ ਵਿੱਚ ਪੇਸ਼ ਕੀਤਾ ਗਿਆ ਹੈ ਪਿਕਸਲ ਸੀਰੀਜ਼ ਦੇ ਫੋਨ ਕਈ AI ਫੀਚਰਸ ਦੇ ਨਾਲ ਲੈਸ ਹਨ ਇਹਨਾਂ ਦੇ ਵਿੱਚ ਪਿਕਸਲ ਸਕਰੀਨਸ਼ਾਟ ਜੈਮਨੀ AI ਜੈਮਨੀ ਲਾਈਵ ਪਿਕਸਲ ਸਟੂడియో ਸਰਕਲ ਟੂ ਸਰਚ AI ਮੌਸਮ ਸੰਖੇਪ ਤੇ ਕਾਲ ਨੋਟਸ ਸ਼ਾਮਿਲ ਹਨ Google ਆਪਣੇ ਫੋਨਾਂ ਦੇ ਲਈ 7 ਸਾਲਾਂ ਵਾਸਤੇ ਸਹਾਇਤਾ ਪ੍ਰਦਾਨ ਕਰੇਗਾ ਇਹਨਾਂ ਦੇ ਵਿੱਚ OS ਅਪਡੇਟ ਸੁਰੱਖਿਆ ਅਪਡੇਟ ਫੀਚਰ ਡ੍ਰੌਪ ਤੇ AI ਇਨੋਵੇਸ਼ਨ ਮਿਲਣਗੇ Google ਪਿਕਸਲ ਸੀਰੀਜ਼ ਦੀ ਕੀਮਤ 79999 ਰੁਪਏ ਤੋਂ ਯਾਨਕਿ 80000 ਤੋਂ ਸ਼ੁਰੂ ਹੁੰਦੀ ਹੈ ਭਾਰਤੀ ਬਾਜ਼ਾਰ ਦੇ ਵਿੱਚ ਪਿਕਸਲ 9 Pro ਫੋਲਡ ਕੰਪਨੀ ਦਾ ਪਹਿਲਾ ਫੋਲਡੇਬਲ ਫੋਨ ਹੈ ਜਿਸ ਦੀ ਕੀਮਤ 1,72,999 ਰੁਪਏ ਰੱਖੀ ਗਈ ਹੈ। ਪਿਕਸਲ 9 ਦਾ ਭਾਅ 79,999, ਪਿਕਸਲ 9 Pro 1,09,999 ਦਾ ਹੈ ਤੇ ਪਿਕਸਲ 9 XL ਦਾ ਭਾਅ ਹੈ ਜਿਹੜਾ 1,24,999 ਰੁਪਏ ਹੈ। ਕੰਪਨੀ ਨੇ ਫਿਲਹਾਲ ਸਾਰੇ smartphones single storage variant ਦੇ ਵਿੱਚ ਪੇਸ਼ ਕੀਤੇ ਨੇ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਚਾਂਦੀ ਦੇ ਮੈਡਲ ਤੇ ਕੋਰਟ ਆਫ ਆਰਬਿਟ੍ਰੇਸ਼ਨ ਯਾਨੀ ਕਿ ਕੌਮੀ ਅਦਾਲਤ ਨੇ ਤੀਸਰੀ ਵਾਰੀ ਫੈਸਲਾ ਟਾਲਦਿਆ ਹੁਣ 16 ਅਗਸਤ ਫੈਸਲੇ ਦੀ ਤਰੀਕ ਮਿਥੀ ਹੈ ਪਰ ਫੁਗਾਟ ਦੇ ਭਾਰਤ ਵਿੱਚ ਸਵਾਗਤ ਕਰਨ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਨੇ ਜਿੱਥੇ ਹਰਿਆਣੇ ਦੀ ਸਰਕਾਰ ਫੁਗਾਟ ਦਾ ਸਵਾਗਤ ਕਰਨ ਦੇ ਲਈ ਪੱਬਾਂ ਪਾਰ ਹੈ ਉੱਥੇ ਪਾਣੀਪਤ ਦੇ ਅਜੇ ਪਹਿਲਵਾਨ ਗਰੁੱਪ ਨਾਲ ਜੁੜੇ ਨੌਜਵਾਨਾਂ ਨੇ ਵਿਨੇਸ਼ ਫੁਗਾਟ ਨੂੰ 11 ਲੱਖ ਰੁਪਏ ਨਕਦੀ ਤੇ 2 ਏਕੜ ਜ਼ਮੀਨ ਤੋਹਫ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ ਨੌਜਵਾਨਾਂ ਨੇ ਸਮਾਲਖਾ ਕਸਬੇ ਦੇ ਅੱਟਾ ਪਿੰਡ ਦੇ ਵਿੱਚ ਵਿਨੇਸ਼ ਦੀ ਕੁਸ਼ਤੀ ਅਕੈਡਮੀ ਖੋਲ੍ਹਣ ਦਾ ਵੀ ਪ੍ਰਸਤਾਵ ਰੱਖਿਆ ਹੈ ਉਧਰ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਸੰਜੀਤ ਸਿੰਘ ਨੇ ਕਿਹਾ ਕਿ ਮੈਡਲ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਬਲਕਿ ਦੇਸ਼ ਦਾ ਹੈ ਸਾਨੂੰ ਉਮੀਦ ਹੈ ਫੈਸਲਾ ਸਾਡੇ ਪੱਖ ਵਿੱਚ ਹੋਵੇਗਾ ਹਾਕੀ ਇੰਡੀਆ ਨੇ ਪੈਰਾਸ ਓਲੰਪਿਕਸ ਦੇ ਹੀਰੋ ਤੇ ਮਹਾਨ ਗੋਲ ਕੀਪਰ ਪੀ ਆਰ ਸ਼੍ਰੀਜੇਸ਼ ਦੀ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਲਿਆ ਹੈ ਜਰਸੀ ਰਿਟਾਇਰ ਕਰਨ ਦਾ ਮਤਲਬ ਹੁੰਦਾ ਹੈ ਕਿ 16 ਨੰਬਰ ਦੀ ਜਰਸੀ ਹੁਣ ਕਿਸੇ ਵੀ ਖਿਡਾਰੀ ਨੂੰ ਨਹੀਂ ਦਿੱਤੀ ਜਾਵੇਗੀ ਇਹ ਸਿਰਫ ਤੇ ਸਿਰਫ ਸ਼੍ਰੀਜੇਸ਼ ਲਈ ਬਣੀ ਸੀ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਕ੍ਰਿਕਟ ਦੇ ਵਿੱਚ ਵੀ ਬੀਸੀਸੀਆਈ ਨੇ ਮਹਿੰਦਰ ਸਿੰਘ ਧੋਨੀ ਦੇ ਸਨਮਾਨ ਦੇ ਵਿੱਚ ਸੱਤ ਨੰਬਰ ਦੀ ਜਰਸੀ ਨੂੰ ਰਿਟਾਇਰ ਕੀਤਾ ਸੀ ਹੋਰ ਕਿਸੇ ਨੂੰ ਅੱਗੇ ਨਹੀਂ ਦਿੱਤੇ ਸੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਦੇ ਬੋਲਣ ਦਾ ਅੰਦਾਜ਼ ਕਾਫੀ ਪਸੰਦ ਆਇਆ ਹੈ ਇਸੇ ਕਰਕੇ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਸੰਸਦ ਦੇ ਵਿੱਚ ਵਧੀਆ ਭਾਸ਼ਣ ਦੇਣ ਦੀ ਵਧਾਈ ਦਿੱਤੀ ਹੈ ਉਹਨਾਂ ਲਿਖਿਆ ਕਿ ਤੁਹਾਡਾ ਭਾਸ਼ਣ ਮੌਜੂਦਾ ਸਿਆਸੀ ਨਿਜਾਮ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਸੀ ਤੇ ਬਹੁਤ ਚੰਗਾ ਸੀ ਭਾਰਤ ਵਿੱਚ ਜੁਲਾਈ ਥੋਕ ਮਹਿੰਗਾਈ ਘਟ ਕੇ 2.4 ਫੀਸਦੀ ਤੇ ਆ ਗਈ ਹੈ ਜੂਨ ਦੇ ਵਿੱਚੇ ਵਧ ਕੇ 3.36 ਫੀਸਦੀ ਪਹੁੰਚ ਗਈ ਸੀ ਜੋ 16 ਮਹੀਨਿਆਂ ਦੇ ਵਿੱਚ ਸਭ ਤੋਂ ਵੱਧ ਸੀ ਮਈ ਦੇ ਵਿੱਚ ਥੋਕ ਮਹਿੰਗਾਈ 2.61 ਤੇ ਸੀ ਇਸ ਤੋਂ ਪਹਿਲਾਂ ਰਿਟੇਲ ਮਹਿੰਗਾਈ ਦੇ ਅੰਕੜੇ ਵੀ ਜਾਰੀ ਕੀਤੇ ਗਏ ਸਨ ਜਿਸ ਮੁਤਾਬਿਕ ਰਿਟੇਲ ਮਹਿੰਗਾਈ ਵੀ ਘਟ ਕੇ 3.54 ਤੇ ਆ ਗਈ ਹੈ ਇਹ 59 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ ਇਸ ਤੋਂ ਪਹਿਲਾਂ ਅਗਸਤ 2019 ਦੇ ਵਿੱਚ ਮਹਿੰਗਾਈ 3.1 ਕਿਸੇ ਖਾਣ-ਪੀਣ ਦੀ ਕੀਮਤ ਘਟ ਹੋਣ ਨਾਲ ਮਹਿੰਗਾਈ ਘਟੀ ਹੈ